ਪਿੰਡਾਂ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਦੀ ਵੋਟਿੰਗ ਹੋ ਰਹੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਕਈ ਪਿੰਡਾਂ ਦੇ ਵਿੱਚ ਮਾਹੌਲ ਗਰਮ ਦੇਖਣ ਨੂੰ ਮਿਲ ਰਿਹਾ ਹੈ ਤੇ ਕਈ ਪਿੰਡਾਂ ਦੇ ਵਿੱਚ ਸ਼ਰਿਆਮ ਹੀ ਤਾਬੜਤੋੜ ਜਿਹੜੀਆਂ ਕਿ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਫਾਇਰਿੰਗ ਹੋ ਰਹੀ ਹੈ ਤੇ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ ਨੇ ਤੇ ਜਿਸ ਤੋਂ ਬਾਅਦ ਦੱਸ ਦਈਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਾਹੌਲ ਕਈਆਂ ਦੇ ਵਿੱਚ ਗਰਮ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਵਿੱਚ ਤਰਨ ਤਾਰਨ ਦੱਸ ਦਈਏ ਕਿ ਅਜਿਹਾ ਮਾਹੌਲ ਦੇਖਣ ਨੂੰ ਮਿਲਿਆ ਤੇ ਜਿਸ ਦੇ ਵਿੱਚ ਤਰਨ ਤਾਰਨ ਚ ਜਿਹੜਾ ਕਿ ਵੋਟਿੰਗ ਦੌਰਾਨ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚੱਲੀਆਂ ਨੇ ਤੇ ਜਾਣਕਾਰੀ ਮਿਲੀ ਹੈ ਕਿ ਇੱਕ ਸ਼ਖਸ ਜਿਹੜਾ ਕਿ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਤੇ ਪਿੰਡ ਸੋਹਲ ਸੈਣ ਭਗਤ ਚ ਝੜਪ ਦੌਰਾਨ ਫਾਇਰਿੰਗ ਹੋਈ ਹੈ ਤੇ ਜਿਸ ਦੇ ਵਿੱਚ ਤਰਨ ਤਾਰਨ ਚ ਵੋਟਿੰਗ ਦੌਰਾਨ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚੱਲੀਆਂ ਨੇ ਜਾਣਕਾਰੀ ਮਿਲੀ ਹੈ ਕਿ ਇੱਕ ਸ਼ਖਸ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਹੈ ਪਿੰਡ ਸੋਹਣ ਸੈਣ ਭਗਤ ਚ ਝੜਪ ਦੌਰਾਨ ਫਾਇਰਿੰਗ ਵੀ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਦੱਸ ਦਈਏ ਕਿ ਮਾਹੌਲ ਗਰਮ ਦੇਖਣ ਨੂੰ ਮਿਲ ਰਿਹਾ ਹੈ ਸ਼ਰੇਆਮ ਗੋਲੀਆਂ ਚੱਲ ਰਹੀਆਂ ਨੇ ਤੇ ਜਿਸ ਦੇ ਵਿੱਚ ਹੁਣ ਪਿੰਡ ਤਰਨ ਤਾਰਨ ਦੇ ਵਿੱਚ ਜਿਹੜੀ ਕਿ ਵੋਟਿੰਗ ਜਿਹੜੀ ਕਿ ਸ਼ਰੇਆਮ ਚੱਲੀ ਤੇ ਵੋਟਿੰਗ ਦੌਰਾਨ ਫਾਇਰਿੰਗ ਹੋਈ ਹੈ ਇੱਕ ਜ਼ਖਮੀ ਹੋ ਗਿਆ ਤੇ ਕਈਆਂ ਦੀ ਪੱਗਾਂ ਵੀ ਲੱਥ ਗਈਆਂ ਨੇ ਤੇ ਅੱਜ ਸੂਬੇ ਭਰ ਦੇ ਵਿੱਚ ਦੱਸ ਦਈਏ ਕਿ ਵੋਟ ਪੰਜਾਬ ਦੇ ਵਿੱਚ ਜਿਹੜੀ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਪਿੰਡਾਂ ਦੇ ਵਿੱਚ 8 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਕਿ ਵੋਟਿੰਗ ਹੋਵੇਗੀ ਤੇ ਦੂਜੇ ਪਾਸੇ ਹੁਣ ਤਰਨ ਤਾਰਨ ਦੇ ਵਿੱਚ ਮਾਹੌਲ ਗਰਮ ਦੇਖਣ ਨੂੰ ਮਿਲ ਰਿਹਾ ਸ਼ਰੇਆਮ ਫਾਇਰਿੰਗ ਹੋ ਰਹੀ ਹੈ ਗੋਲੀਆਂ ਚੱਲ ਰਹੀਆਂ ਨੇ ਤੇ ਉੱਥੇ ਹੀ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਗਈਆਂ ਤੇ ਇੱਕ ਜ਼ਖਮੀ ਜਿਹੜਾ ਕਿ ਵਿਅਕਤੀ ਹੋ ਗਿਆ ਤੇ ਉੱਥੇ ਹੀ ਪੋਲਿੰਗ ਬੂਥ ਦੌਰਾਨ ਜਿਹੜਾ ਕਿ ਸ਼ਰੇਆਮ ਫਾਇਰਿੰਗ ਹੋਈ ਤੇ ਜਿਸਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਉੱਥੇ ਹੀ ਪੰਚਾਇਤੀ ਚੋਣਾਂ ਦੇ ਵਿੱਚ ਇਹ ਮਾਹੌਲ ਗਰਮ ਦੇਖਣ ਇਹ ਇੱਥੇ ਦੋ ਪਾਰਟੀਆਂ ਸਰਪੰਚੀ ਦੀ ਇਲੈਕਸ਼ਨ ਲੜ ਰਹੀਆਂ ਇਹਨਾਂ ਦਾ ਕਿਸੇ ਗੱਲ ਤੋਂ ਇਸ਼ੂ ਹੋਇਆ ਵਾ ਉਸ ਸੰਬੰਧੀ ਪੁਲਿਸ ਪਾਰਟੀ ਆਈ ਇੱਥੇ ਹਾਂ ਇਹਨਾਂ ਸੁਣ ਚ ਆਇਆ ਵੀ ਗੋਲੀ ਵੀ ਚੱਲੀ ਹੈ ਇੱਕ ਬੰਦਾ ਇੰਜਰਡ ਵੀ ਹੋਇਆ ਵਾ ਉਹਨੂੰ ਲੈ ਕੇ ਗਏ ਆ ਮਨਦੀਪ ਹਸਪਤਾਲ ਹੁਣ ਪਤਾ ਕਰਕੇ ਫਿਰ ਅੱਗੇ ਕਾਰਵਾਈ ਕਰਦੇ ਇਹ ਸੋਲ ਸੈਨ ਭਗਤ ਹੈ ਪਿੰਡ ਪਰਚਾ ਦਰਜ ਕਰਕੇ ਅਰੈਸਟ ਕਰਾਂਗੇ ਸਾਰਿਆਂ ਨੂੰ ਵੈਰੀਫਾਈ ਕਰਨ ਡਏ ਆ ਗਏ ਹੁਣ ਵੈਰੀਫਾਈ ਕਰਕੇ ਸਾਰਾ ਕਰਦੇ ਸੋਲ ਜੋ ਲੜਾਈ ਝੜਾ ਗਿਆ ਬੋਟਾ ਮੈਂ ਗੋਲੀ ਲੱਗ ਗਈ ਦੱਤ ਲੱਗ ਗਿਆ ਬੰਦੇ ਇੱਕ ਨੂੰ ਗੋਲੀ ਲੱਗੀ ਆ ਨਾ ਕਿਤੇ ਢਿੱਡ ਚ ਮੇਰੇ ਤੇ ਪੈਰ ਹੁਣ ਦੇ ਨੀ ਪਤਾ ਦਾਤਨ ਵੱਜ ਗਿਆ ਗੋਲੀ ਲੱਗ ਗਈ ਇਹ ਨੀ ਪਤਾ ਹਾਂਜੀ ਹਾਂਜੀ ਗੇਟ ਦੇ ਬਾਹਰ ਹਾਂਜੀ ਪਿੰਡ ਸੋਹਲ ਨਾ ਇੱਥੇ ਕੋਈ ਨੀ ਦੋ ਤਿੰਨ ਮੁਲਾਜ਼ਮ ਹੈਗੇ ਹਾਂਜੀ ਗੋਲੀ ਲੱਗੀ ਬੰਦੇ ਨੂੰ ਮੈਂ ਤਾਂ ਮੁੜ ਕੇ ਪਛਾਣ ਡੇ ਪਿਆ ਬਾਕੀ ਕੀ ਦਾ ਕਿੰਨਾ ਕੁ ਹੋ ਗਿਆ ਮੈਂ ਝੂਠ ਫੜੀ